ਹੰਸਕੀ ਨਾਮ ਆਪਣਾ ਤੇ ਕੀ ਜਣਾ ਚਾਹੁੰਦਾ ਮੈਂ ਉਪ ਰਾਸ਼ਟਰੀ ਪ੍ਰਧਾਨ ਸ਼ਿਵ ਸੈਨਾ ਤੋਂ ਸ਼ਿਵ ਜੋਸ਼ੀ ਜੋ ਕਿ ਅੱਜ ਦਾ ਪ੍ਰੋਗਰਾਮ ਸੀ ਅਮਰਪਾਲ ਸਿੰਘ ਦਾ ਬਠਿੰਡੇ ਦੇ ਵਿੱਚ ਅਸੀਂ ਉਸ ਦੇ ਲਈ ਅੱਜ ਤੋਂ ਤਿੰਨ ਚਾਰ ਦਿਨ ਸਾਰੇ ਸੰਗਠਨਾਂ ਨੇ ਰਲ ਕੇ ਐਸਐਸਪੀ ਸਾਹਿਬ ਨੂੰ ਇੱਕ ਮੰਗ ਪੱਤਰ ਦਿੱਤਾ ਸੀ ਕਿ ਇਸ ਦਾ ਪ੍ਰੋਗਰਾਮ ਰੱਦ ਕਰਾਇਆ ਜਾਵੇ ਤੇ ਕਿਉਂਕਿ ਪੰਜਾਬ ਦਾ ਮਾਹੌਲ ਇਹਨੇ ਪਹਿਲਾਂ ਵੀ ਜਿਵੇਂ ਕਿ ਖਰਾਬ ਹੋ ਚੁੱਕਿਆ ਤੁਸੀਂ ਦੇਖ ਚੁੱਕੇ ਹੋ ਕਿ ਇਹਨਾਂ ਨੇ ਗਰੰਥ ਸਾਹਿਬ ਦੀ ਆੜ ਦੇ ਵਿੱਚ ਜੋ ਥਾਣਿਆਂ ਦੇ ਵਿੱਚ ਕਬਜ਼ਾ ਕੀਤਾ ਸੀ ਉਸ ਦੇ ਖਿਲਾਫ ਸਾਰਾ ਹਿੰਦੂ ਸਮਾਜ ਦੇ ਵਿੱਚ ਇੱਕ ਡਰ ਦਾ ਮਾਹੌਲ ਪੈਦਾ ਹੋ ਚੁੱਕਿਆ ਸੀ ਉਸ ਨੂੰ ਦੇਖਦੇ ਹੋਏ ਇਸ ਵਾਰ ਜਦ ਕੀ ਇਹਨੇ ਬਠਿੰਡੇ 'ਚ ਪ੍ਰੋਗਰਾਮ ਰੱਖਿਆ ਅਸੀਂ ਸਾਰੇ ਸੰਗਠਨਾਂ ਨੇ ਰਲ ਕੇ ਐਸਐਸਪੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਕਿ ਡੀਜੀਪੀ ਸਾਹਿਬ ਦੇ ਨਾਮ ਤੇ ਦਿੱਤਾ ਗਿਆ ਸੀ ਜਿਨ੍ਹਾਂ ਦੇ ਵਿੱਚ ਅੱਜ ਉਹਨਾਂ ਨੂੰ ਪਤਾ ਲੱਗਿਆ ਕਿ ਉਸਨੇ ਉਸਾ ਪ੍ਰੋਗਰਾਮ ਡਿਪਾਰਟਮੈਂਟ ਤੇ ਸਰਕਾਰਾਂ ਦੁਆਰਾ ਇਸ ਦਾ ਰੱਦ ਕਰਾ ਦਿੱਤਾ ਗਿਆ ਅੱਗੇ ਤੋਂ ਜੋ ਵੀ ਇਹ ਪ੍ਰੋਗਰਾਮ ਰੱਖੂਗਾ ਹਿੰਦੂ ਸੰਗਠਨ ਜਿੱਥੇ ਵੀ ਹੋਊਗਾ ਇਸ ਦਾ ਵਿਰੋਧ ਕਰੂਗੀ ਜਲਦੀ ਤੋਂ ਜਲਦੀ ਇਸ ਬੰਦੇ ਨੂੰ ਸ਼ਖਸ ਜੋ ਕਿ ਸਮਾਜ ਨੂੰ ਇੱਕ ਖਰਾਬ ਕਰ ਰਿਹਾ ਤੇ ਅਸੀਂ ਚਾਹੁੰਦੇ ਹਾਂ की रेस्ट आ जाए, हूं। जैसे कि हमारे आ, ने बताया कि अमृतपाल नाम का जो शख्स है बारिश पंजाब मुखी का मुखी कहा जाता है जिसे कहता है कि वो अपने आप बना हुआ प्रधान है तो उसकी वजह से जैसे अजनला में जो हिंसा हुई और पंजाब का जो माहौल खराब होने से बचा है उसके लिए हम सबसे पहले पंजाब पुलिस की बहुत बड़ी सूझबूझ और समझदारी कहेंगे कि उनकी वजह से माहौल खराब होने से बच गया लेकिन हमें पता चला था कि बीते दिनों की भटिंडा जिले में भी अमृतपाल का एक प्रोग्राम था लेकिन देखा जाए कि आज अठारह को प्रोग्राम रखा गया था लेकिन साथ में 19 तारीख को सिद्धू मूसेवाला की बसी थी वहां पे काफी तादाद में भीड़ इकट्ठी होनी थी तो कहीं ना कहीं हिंदू संगठनों ने मिलकर सोचा कि माहौल फिर से खराब ना हो तो एक डीजीपी के नाम पे सभी हिंदू संगठनों ने मिलकर एसएसपी एस को एक मांग पत्र दिया तो उसमें सरकार और प्रशासन का हम धन्यवाद करना चाहेंगे कि उनका प्रोग्राम कैंसिल करवा दिया गया लेकिन हमारे सुनने में एक चीज और आई है कि वो मुक्सर में भी एक प्रोग्राम करने जा रहे हैं तो वहां पे भी साहब को आज एक मांग पत्र तो दिया जाएगा सभी हिंदू संगठनों की तरफ से जिससे कि अमृतपाल जैसे लोगों पर जो कि पंजाब और देश का माहौल खराब करना चाहते हैं सरकार इन पर और पुलिस प्रशासन कोई ना कोई बहुत जल्दी बड़ी कार्रवाई करे और जो माहौल खराब करना चाहते हैं चाहे वो कोई भी हो अमृतपाल हो या उसके अलावा कोई और शख्स हो तो उन पर पुलिस प्रशासन सरकार ਕੜੀ ਸੇ ਕੜੀ ਕਾਰਵਾਈ ਕਰੇ ਸਰ ਕੀ ਨਾਮ ਹੈ ਜ ਮੈਂ ਸਿਵਸਨਾ ਬਾਲ ਠਾਕਰੇ ਸੰਗਠਨ ਮੰਤਰੀ ਪੰਜਾਬ ਸ਼੍ਰੀ ਓਮਕਰਨ ਮੇਰਾ ਨਾਮ ਹੈ ਮੈਂ ਪ੍ਰਸ਼ਾਸਨ ਦਾ ਬੜਾ ਤਨਵਾਦ ਕਰਦਾ ਜਿਹੜਾ ਅਮਰਤਪਾਲ ਦੀ ਜਿਹੜੀ ਇੱਥੇ ਆਉਣ ਦੀ ਬਟਿੰਡਾ ਜਾਂ ਮੋੜਮੰਡੀ ਆਣਾ ਸੀ ਜਿਹੜਾ ਉਹਦੇ ਇੱਥੇ ਆਉਣ ਦੇ ਉੱਤੇ ਜਿਹੜੀ ਪਾਬੰਦੀ ਲਾਈ ਗਈ ਤੇ ਇਹ ਬਹੁਤ ਅਸੀਂ ਇਹਦੇ ਸ਼ੁਕਰਗੁਜ਼ਾਰ ਆਂ ਪ੍ਰਸ਼ਾਸਨ ਦੇ ਤੇ ਬਾਕੀ ਜਿਹੜਾ ਇਹ ਸਾਰੇ ਪੰਜਾਬ ਦੇ ਵਿੱਚ ਜਿਵੇਂ ਗਰੰਥ ਸਾਹਿਬ ਦੀ ਬੀੜ ਦੀ ਔੜ ਦੇ ਵਿੱਚ ਇਹ ਥਾਣੇ ਤੇ ਕਬਜ਼ੇ ਕਰਦੇ ਫਿਰਦੇ ਆ ਜਾਂ ਹੋਰ ਪੰਜਾਬ ਦਾ ਸਾਡਾ ਮਾਹੌਲ ਖਰਾਬ ਕਰ ਰਹੇ ਆ ਇਸ ਨੂੰ ਜਲਦੋਂ ਜਲਦ ਸਲਾਖਾਂ ਦੇ ਵਿੱਚ ਭੇਜਿਆ ਜਾਵੇ ਨਹੀਂ ਤਾਹ ਪੰਜਾਬ ਦਾ ਮਾਹੌਲ ਜਿਆਦਾ ਖਰਾਬ ਹੋਣ ਦੇ ਅਸਰ ਦਿਖਦੇ ਆ ਸਾਡੇ ਹਿੰਦੂ ਸਿੱਖ ਭਾਈਚਾਰੇ ਦੇ ਵਿੱਚ ਜਿਹੜੀ ਦਰਾਰ ਪੈ ਰਹੀ ਹੈ ਉਹ ਅਸੀਂ ਨਾ ਅੱਗੇ 84 ਵੀ ਅਸੀਂ ਚੱਲਿਆ ਉਹ ਅਸੀਂ ਨਹੀਂ ਪੈਣ ਦੇਣੀ ਤੇ ਇਹ ਮਾਹੌਲ ਖਰਾਬ ਕਰਨ ਦੇ ਕਰਕੇ ਇਹਨੂੰ ਅੰਦਰ ਕੀਤਾ ਜਾਵੇ ਜੀ ਨਾ ਤਾਂ ਕੀ ਗੱਲ ਹੈ ਮੇਰਾ ਨਾਮ ਸੁਸ਼ੀਲ ਜਿੰਦਲਾ ਸ਼ਿਵ ਸਨਾਹਿੰਦਸਤਨ ਪਾਰਟੀ ਤੋਂ ਸੰਗਠਨ ਮੰਤਰੀ ਪੰਜਾਬ ਅਸੀਂ ਇੱਕ ਅਮਰਤਪਾਲ ਸਿੰਘ ਨਾਂ ਦਾ ਸ਼ਖਸ਼ ਹੈ ਜੋ ਕਿ ਵਾਰਿਸ ਪੰਜਾਬ ਦੇ ਨਾਮ ਸੰਗਠਨ ਦਾ ਆਪਣੇ ਪ੍ਰਮੁਖੀ ਬਣਿਆ ਹੋਇਆ ਹੈਗਾ ਉਸ ਵਿਅਕਤੀ ਨੇ ਲਗਾਤਾਰ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਅਜਨਾਲਾ ਕਾਂਡ ਹੋਇਆ ਉੱਥੇ ਪੁਲਿਸ ਪ੍ਰਸ਼ਾਸਨ ਦੇ ਜਾਬਾਜ਼ ਅਫਸਰਾਂ ਦੇ ਉੱਤੇ ਕਿਰਪਾਨਾਂ ਨਾਲ ਹਮਲਾ ਕੀਤਾ ਬਾਬਾ ਜੀ ਦੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦ ਬੀੜ ਨੂੰ ਨਾਲ ਲੈ ਕੇ ਉੱਥੇ ਥਾਣੇ ਦੇ ਵਿੱਚ ਬੇਅਦਬੀ ਕੀਤੀ ਗਈ ਇਹਨਾਂ ਵੱਲੋਂ ਇਹਨਾਂ ਦੇ ਖਿਲਾਫ ਅਜੇ ਤੱਕ ਕੋਈ ਐਕਸ਼ਨ ਨਹੀਂ ਲਿਆ ਸਰਕਾਰ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਲਗਾਤਾਰ ਉਹ ਜਗ੍ਹਾ-ਜਗ੍ਹਾ ਤੇ ਯੁਵਾ ਨੂੰ ਭੜਕਾ ਰਿਹਾ ਹੈਗਾ ਜਿਹੜੇ ਨੌਜਵਾਨ ਪੀੜ੍ਹੀ ਤੇ ਲੋਕ ਨੇ ਉਹਨਾਂ ਨੂੰ ਉਕਸਾ ਰਿਹਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਮਾਜ ਦੇ ਵਿੱਚ ਜਿ ਕਿਉਂ ਭੜਕਾਉ ਮਾਹੌਲ ਪੈਦਾ ਹੋ ਸਕੇ ਪਿਛਲੇ ਦਿਨੀ ਇਹਨਾਂ ਨੇ ਐਨਾਉਂਸ ਕੀਤਾ ਸੀ ਕਿ ਬਠਿੰਡਾ ਜ਼ਿਲ੍ਹੇ ਦੇ ਵਿੱਚ ਮੋੜ ਮੰਡੀ ਦੇ ਨੇੜੇ ਕਿਸੇ ਪਿੰਡ ਦੇ ਵਿੱਚ ਇਹਨਾਂ ਨੇ ਆਉਣਾ ਸੀਗਾ ਤਾਂ ਉਹਦੇ ਖਿਲਾਫ ਬਠਿੰਡਾ ਦੇ ਸਾਰੇ ਹਿੰਦੂ ਸੰਗਠਨਾਂ ਨੇ ਔਰ ਪੂਰੇ ਪੰਜਾਬ ਦੇ ਹਿੰਦੂ ਸੰਗਠਨਾਂ ਨੇ ਮਿਲ ਕੇ ਇੱਕ ਮੈਮੋਰੰਡਮ ਦਿੱਤਾ ਸੀਗਾ ਐਸਐਸਪੀ ਸਾਹਿਬ ਨੂੰ ਡੀਜੀਪੀ ਸਾਹਿਬ ਦੇ ਨਾਮ ਤੇ ਕਿ ਇਹਦਾ ਜਿਹੜਾ ਦੌਰਾ ਰੱਦ ਕਰਾਇਆ ਜਾਵੇ ਤੇ ਜਿਹੜਾ ਕਿ ਪ੍ਰਸ਼ਾਸਨ ਨੇ ਬੜੀ ਆਪਣੀ ਸੂਝਬੂਝ ਨਾਲ ਇਹਦਾ ਦौरा ਰੱਦ ਕਰਵਾਇਆ ਔਰ ਜਿਹੜੇ ਬਠਿੰਡਾ ਜ਼ਿਲ੍ਹੇ ਦੇ ਹਾਲਾਤ ਸੀਗੇ ਉਹਨਾਂ ਨੂੰ ਰਾਹਤ ਦਿੱਤੀ ਪੰਜਾਬ ਦੇ ਵਿੱਚ ਜਿੰਨੇ ਵੀ ਇਹ ਪ੍ਰੋਗਰਾਮ ਕਰ ਰਿਹਾ ਹੈਗਾ ਉਹ ਲਗਾਤਾਰ ਨੌਜਵਾਨ ਪੀੜੀ ਨੂੰ ਢਕਾਉਂਦਾ ਹੀ ਕੰਮ ਕਰ ਰਿਹਾ ਹੈਗਾ ਇਸ ਲਈ ਇਹ ਜਿਹੜੀ ਆੜ ਲੈ ਰਿਹਾ ਹੈ ਹਮੇਸ਼ਾ ਧਰਮ ਦੀ ਆੜ ਲੈ ਰਿਹਾ ਧਰਮ ਦੀ ਆੜ ਲੈਂਦਾ ਕਦੇ ਤਾਂ ਬਾਬਾ ਜੀ ਦੀ ਭੀੜ ਨੂੰ ਲੈ ਕੇ ਸ੍ਰੀ ਗੁਰੂ ਰੰਤ ਸਾਹਿਬ ਜੀ ਨੂੰ ਲੈ ਕੇ ਤੇ ਕਦੇ ਇਹ ਨੌਜਵਾਨ ਯੁੱਗ ਨੂੰ ਢਕਾਉਂਦਾ ਕਿ ਅਸੀਂ ਅੰਮ੍ਰਿਤ ਪਾਨ ਕਰਾਣੇ ਹੈਗੇ ਹੈ ਅੰਮ੍ਰਿਤ ਪਾਨ ਕਰਾਉਣਾ ਬਹੁਤ ਚੰਗੀ ਗੱਲ ਹੈ ਨੌਜਵਾਨਾਂ ਨੂੰ ਸੇਧ ਦੇਣੀ ਚੰਗੀ ਗੱਲ ਆ ਪਰੰਤੂ ਜਿਹੜਾ ਇਹ ਨੌਜਵਾਨ ਯੁੱਗ ਨੂੰ ਇਹ ਸ਼ਾਦਤਾ ਵਾਸਤੇ ਪੜਕਾਉਂਦਾ Hindu Sikh ਭਾਈਚਾਰੇ ਨੂੰ ਲੰਬੂ ਲਾਉਣ ਦੀ ਕੋਸ਼ਿਸ਼ ਕਰ ਰਿਹਾ ਇਹਦੇ ਉੱਤੇ ਪੰਜਾਬ ਸਰਕਾਰ ਨੂੰ ਬੜੀ ਗੰਭੀਰਤਾ ਨਾਲ ਫੈਸਲਾ ਲਾਣਾ ਪਵੇਗਾ ਇਸ ਲਈ ਅਸੀਂ ਸਰਕਾਰ ਤੋਂ ਤੇ ਪ੍ਰਸ਼ਾਸਨ ਤੋਂ ਪੂਰਜਰ ਮੰਗ ਕਰਦੇ ਹਾਂ ਜੇ ਇਹਦੇ ਉੱਤੇ ਪੰਜਾਬ ਦੇ ਵਿੱਚ ਪੂਰਨ ਤੌਰ ਤੇ ਪਾਬੰਦੀ ਲਾਈ ਜਾਵੇ ਤੇ ਬੈਨ ਲਾਇਆ ਜਾਵੇ ਧੰਨਵਾਦ